जनधन आधार से मोबाइल की बिक्री कारण लाभार्थियों के जनधन बैंक खाते से सीदे पुजा कर माली सहायता आदि मोदी सरकार के आठ बरे पूरे होने पर लाख वलों ने अमृत सरोवर की सौ थार उदघाटन प्रधानमंत्री आवास योजना ग्रामीण से स्थाय लाभार्थियों लुआया गृह प्रवेश प्रोग्राम

नमस्कार खबरंदेश बुलेटिन च तुंदा स्वागत है मैं आरती शर्मा ते उन पेश खबरा तफसील करने प्रधानमंत्री नरेंद्र मोदी औरयां कहया जे जनधन आधार ते मोबाइल की जोड़े जाने करने लाभार्थींगी देते जाने वाला पैसा उनदे जनधन बैंक खाते च पूजा करता शिमला दे ऐतिहासिक रिज मैदान च कल गरीब कल्याण सम्मेलन की संबोधित करदे प्रधानमंत्री औरए एक गा लाखी ਇਸ ਸਮਾਰੋਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦਯੂੰ ਦੀ ਅਗਵਾਈ ਅਧੀਨ ਕੇਂਦਰੀ ਸਰਕਾਰ ਦੇ 80 ਪੂਰੇ ਉਹਨੇ ਦੇ ਸਿਲਸਿਲੇ 'ਚ ਪੂਰੇ ਮੁਲਖਾ 'ਚ ਰਾਜਾਂ ਦੀ ਰਾਜਧਾਨੀ 'ਚ ਜ਼ਿਲ੍ਹਾ ਮੁਖ ਦਫਤ ਨੇ ਤੇ ਖੇਤੀਬਾੜੀ ਵਿਗਿਆਨ ਕੇਂਦਰ ਚਲਵਾਏਗੇ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਹੋਰੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨੀਤੀ ਸਕੀਮ ਤਹਿਤ 10 ਕਰੋੜ ਰੁਪਏ ਵੱਧ ਕਰਸਾਂ ਲਾਭਾਰਥੀ ਦੇ ਖਾਤੇ 'ਚ 21000 ਕਰੋੜ ਰੁਪਏ ਜਾਰੀ ਕਰੀ ਹੈ। ਇਸ ਸਕੀਮ ਦੀ 11 ਕਿਸ਼ਤ ਜਾਰੀ ਕਰ ਦਿੱਤੀ। ਪਿਛਲੇ ਅਕਤੂਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਮਹਿਲਾਵਾਂ ਉਪਰ ਕੇਂਦ੍ਰਿਤ ਨੀਤੀਆਂ ਸਕੀਮਾਂ ਸ਼ੁਰੂ ਕੀਤੀਆਂ ਜਿੰਦਾ ਮਕਸਦ ਉਹਨੇ ਕੀ ਦੇਣਾ ਬੰਦਾ ਸਮਾਜਿਕ ਸਨਮਾਨ ਆਸਲ ਕਰਵਾਣਾ ਤੇ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਣਾ ਹੈ ਸਰਕਾਰ ਨੇ ਮਹਿਲਾਵਾਂ ਕੀ ਸਸ਼ਕਤ ਬਣਾਉਣੇ ਕੀ ਉਹਨੇ ਕੀ ਹਰ ਸਤਰ ਉਪਰ ਬਰਾਬਰੀ ਆਸਲ ਕਰਵਾਉਣੇ ਤੇ ਬੱਚੇ ਦੀ ਸਿੱਖਿਆ ਲਈ ਕ੍ਰਾਂਤੀਕਾਰੀ ਗੇਂ ਪੁੱਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀਓ ਨੇ ਬਾਰ ਬਾਰ ਇਹ ਗੱਲ ਆਖੀ ਜੇ ਮਹਿਲਾਵਾਂ ਦੇ ਜੀਵਨ ਕੀ ਬਿਹਤਰ ਬਣਾਣਾ ਉੰਦੀ ਸਰਕਾਰ ਦੀ ਪ੍ਰਾਥਮਿਕਤਾ ਹੈ ਉਨੇਕ ਨਜ਼ਰ ਉਹਨੇ ਉਪਲਬਧੀਆਂ ਉਪਰ ਮਾਰਚਾ ਜਿਹੜੀਆਂ ਮੋਦੀ ਸਰਕਾਰ ਨੇ ਲੱਖਾਂ ਬੰਦੀ ਮਹਿਲਾਇਨ ਦੇ ਚਿਹਰੇ ਉਪਰ ਮੁਸਕਾਨ ਆਉਣ ਨੇ ਲਈ ਹਾਸਲ ਕੀਤੀਆਂ ਮਹਿਲਾਇਨ ਦੇ ਜੀਵਨ ਕੀ ਸਖੱਲਾ ਬਣਾਉਣ ਲਈ 11 ਕਰੋੜ ਕੋਲਾ ਬੱਦ ਸਵਚਾਲਾ ਨਿਰਮਾਨ ਕੀਤਾ ਗਿਆ 9 ਕਰੋੜ ਕੋਲਾ ਬੱਦ ਪਰਿਵਾਰਾਂ ਨੂੰ ਪਾਣੀ ਦੇ ਕਨੈਕਸ਼ਨ ਹਾਸਲ ਕਰਵਾਏ ਗਏ 9 ਕਰੋੜ 17 ਲੱਖ ਕੋਲਾ ਬੱਦ ਗੈਸ ਕਨੈਕਸ਼ਨ ਮਹਿਲਾਇਨ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ ਤਹਿਤ ਮਾਲੀ ਸਾਇਤਾ ਲਈ 2 ਕਰੋੜ 78 ਲੱਖ ਕੁਲਬੱਧ ਮਹਿਲਾਇਆਂ ਦਾ ਪंजीकरण ਕੀਤਾ ਗਿਆ ਤਨਖਾਹ ਸਮੇਤ ਦਿੱਤੇ ਜਾਣ ਵਾਲੇ ਮਾਤ੍ਰਤਵ ਆਕਾਸ਼ 12 ਹਫ਼ਤੇ ਕੁਲਾ 26 ਹਫ਼ਤੇ ਕੀਤਾ ਗਿਆ ਸੁਕੰਨਿਆ ਸਮਰiddhi ਯੋਜਨਾ ਤਹਿਤ 2 ਕਰੋੜ 73 ਲੱਖ ਕੁਲਬੱਧ ਖਾਤੇ ਖੋਲੇ ਗਏ 3 ਲੱਖ ਪ੍ਰਥਾ ਬੰਦ ਕੀਤੀ ਗਈ ਸਸ਼स्त्र सेनाਏ ਚ ਮਹਿਲਾਇਆਂ ਲਈ ਸਥਾਈ ਕਮਿਸ਼ਨ ਸ਼ੁਰੂ ਕੀਤਾ ਗਿਆ ਲੱਟਕਵਨੋਰੇ ਮਨੋਸੀਨਾ ਅਤੇ ਕਲਸ਼ ਨਗਰ ਦੇ ਅੰਤਰਰਾਸ਼ਟਰੀ ਕਨਵੈਨਸ਼ਨ ਕੇਂਦਰ ਚਲਵਾਏਗੇ ਦੇ ਪ੍ਰਦੇਸ਼ ਸਤਰ ਦੇ ਗਰੀਬ ਕਲਿਆਣ ਸੰਮੇਲਨ ਦੀ ਪ੍ਰਧਾਨਤਾ ਕੀਤੀ ਇਹ ਧਿਆਨ ਦੇਣ ਯੋਗ ਗੱਲ ਹੈ ਜੇ ਇਹ ਸੰਮੇਲਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਸੱਤਾ ਸੰਭਾਲਣ ਦੇ 8 ਬਰੇ ਪੂਰੇ ਓਨੇ ਉਪਰ ਆਯੋਜਿਤ ਕੀਤਾ ਗਿਆ ਇਸ ਮੌਕੇ ਉਪਰ ਲੱਟਕਵਨੋਰੇ ਇੱਕ ਸੋਮ੍ਰਿਤ ਸਰੋਵਰ ਥਾਰੇ ਦਾ ਉਦਘਾਟਨ ਕੀਤਾ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਸਤਾਈਯਾਰ ਲਾਭਾਰਥੀ ਲਈ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦਾ ਵੀ ਸਿਰਸਤਾ ਕੀਤਾ ਲੱਟਕਵਨੋਰੇ ਜੰਮੂ ਕਸ਼ਮੀਰ ਕੀ ਵਿਕਾਸ ਤੇ ਮੁਖਤਾਰਾ ਕਰਨੇ ਜੋੜਨੇ ਸਭ ਨੇ ਤੱਕੇ ਲਈ ਸਮਾਜਿਕ ਬਰਾਬਰੀ ਨਿਆਂ ਤੇ ਖੁਸ਼ਹਾਲੀ ਦੀ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਾ ਆਭਾਰ ਪ੍ਰਗਟ ਕੀਤਾ ਲੈਫਟਨ ਗਵਰਨਰ ਅਤੇ ਆਮ ਨਾਗਰਿਕ ਤੇ ਜੀਵਨ ਚਾਹ ਦੇ ਸਕਾਰਾਤਮਕ ਬਦਲਾਵ ਦੀ ਕਾਣੀਗੀ ਉਜਾਗਰ ਕਰਨ ਲਈ ਗਰੀਬ ਕਲਿਆਣ ਸੰਮੇਲਨ ਦੀ ਇੱਕ ਮਹੱਤਵਪੂਰਨ ਕੋਸ਼ਿਸ਼ ਦੱਸਿਆ ਰਾਸ਼ਟਰਪਤੀ ਰਾਮਨਾਥ ਕੋਵਿੰਦੋਰੇ ਕੱਲ ਦਿੱਲੀ ਵਿੱਚ ਰਾਸ਼ਟਰਪਤੀ ਪਵੰਚ ਲਗੇ ਦੇ ਰੱਖਿਆ ਅਲੰਕਰਨ ਸਮਾਰੋਹ ਦੌਰਾਨ ਇੱਕ ਕੀਰਤੀ ਚਕਰਤੇ 14 ਸ਼ੋਰੇ ਚਕਰ ਪ੍ਰਦਾਨ ਕੀਤੇ ਬਾਦਰੀ ਲਈ ਇਹ ਨਾਮ ਸਸ਼ਸਤਰ ਸੇਨਾਏ ਕੇਂਦਰ ਸਸ਼ਸਤਰ ਪੁਲਿਸ ਬਲ ਤੇ ਪੁਲਿਸ ਕੀ ਆਪਣਾ ਫਰਜ਼ ਨਿਭਾਉਂਦੇ ਬਾਦਰੀ ਦਾ ਪ੍ਰਦਰਸ਼ਨ ਕਰਨ ਲਈ ਦਿੱਤੇਗੇ। ਇਹਦੇ علاوہ ਰਾਸ਼ਟਰਪਤੀ ਹੋਰੇ 13 ਪਦਮ ਵਿਸ਼ਿਸ਼ਟ ਸੇਵਾ ਮੈਡਲ ਤੇ 29 ਅਤੀ ਵਿਸ਼ਿਸ਼ਟ ਸੇਵਾ ਮੈਡਲ ਵੀ ਪ੍ਰਦਾਨ ਕੀਤੇ। ਕੀਰਤੀ ਚੱਕਰ ਜੰਮੂ ਕਸ਼ਮੀਰ ਪੁਲਿਸ ਦੇ ਕਾਂਸਟੇਬਲ ﺍﻟताफ ﺣﺴﻦ ﺑੱਟ ਕੀ ਮਰਨ ਉਪਰਾਤ ਦਿੱਤਾ ਗਿਆ। ਸ਼ਹੀਦ ﺑੱਟ ਹੋਰੇ ਗਾਂਦਰਬਲ ਚਿਕਟਾਖਰੇ ਦੌਰਾਨ ਅਤਿਵਾਦੀ ਕੀ ਮਾਰ ਦੇ ਆਪਣੀ pranan ਦਾ ਬਲੀਦਾਨ ਕਰ ਦਿੱਤਾ। 2 ਮਹੀਨੇ ਚੱਲਣ ਵਾਲੇ ਹਰ ਘਰ ਦਸਤਕ ਅਭਿਆਨ ਦੋ ਦੀ ਅੱਜ ਸ਼ੁਰੂਆਤ ਹੋਈ ਕੋਵੀ ਟਿਕਾ ਕਰਨ ਦੇ ਇਸ ਵਿਆਪਕ ਅਭਿਆਨ ਦਾ ਮਕਸਦ ਸਭਨੇ ਲਾਭਾਂਕੀ ਇਹਦੇ ਦਾਇਰੇ ਚ ਆਨਣਾ ਤੇ ਟੀਕਾ ਲਾਣੇ ਦੀ ਰਫਤਾਰ ਕੀ ਤੇਜ਼ ਕਰਨਾ ਹੈ ਇਹ ਅਭਿਆਨ ਮੁਲਖਾ ਦੇ ਸਭਨੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਅਗਲੇ ਮਹੀਨੇ ਦੀ 31 ਤਰੀਕ ਤੋੜੀ ਜਾਰੀ ਰੋਗ ਕੇਂਦਰ ਸਿਹਤ ਮੰਤਰਾਲੇ ਨੇ ਆਖਿਆ ਜੇ ਕੋਵੀ ਟੀਕੇ ਦੀ ਦੂਈ ਤੇ ਇਤਿਆਤੀ ਡੋਜ਼ ਦੇ ਸਭ ਨੇ ਲਾਭਾਂ ਠੀਕੀ ਕਰ ਕਰ ਜਾਈਏ ਟੀਕੇ ਲਾਣ ਦੀ ਮੁਹਿੰਮ ਚਲਾਈ ਜਾਗ ਇਸੇ ਤਰੀਕੇ 12 ਕੋਲਾ 18 ਬਰੇ ਤੋਂ ੜੀ ਦੇ ਬੱਚੇ ਗੀ ਸਕੂਲਾਂ ਚ ਚਲਾਈ ਜਾਂਦੀ ਮੁਹਿੰਮ ਤਾਂ ਟੀਕੇ ਲਾਇਆ ਜਾ ਕਰ ਦੇ ਮੰਤਰਾਲੇ ਨੇ ਇਹ ਵੀ ਦੱਸਿਆ ਜੇ વૃਦਾ ਆਸ਼ਰਮ ਸਕੂਲ ਕਾਲਜ ਜੇਲੇ ਤੇ ਇੱਟੇ ਦੇ ਪੱਠੇ ਉਪਰ ਕੰਮ ਕਰਨ ਵਾਲੇ ਲੋਕਾਂ ਕੀ ਵੀ ਟੀਕਾ ਕਰਨ ਦੇ ਅੰਦਾਰੇ ਅਠ ਆਨਿਆ ਜਾਗ सेहत मंत्रालय पिछले जने सबने राज्य के केन्द्र शासित प्रदेशों आख्या हाजियो जो हर घर दस्तक मुहिम दी योजना तैयार करन प्रधानमंत्री नरेन्द्र मोदी हो पिछले बरे नवंबर महीने इस मुहिम की घोषणा की सेहत मंत्रालय ने मुलखा च राष्ट्रीय टीकाकरण मुहिम तहत उन्हें तोड़ी कोविड उन्नीस को के एक सौ तिरानवे करोड़ सतुंजा लाख को ला लाए गए पिछले चौबी घंटे चे दस लाख कानवे हजार को्द टीके लाए गए इसे अरसे दौरान कोविड उन्नीस के तकरीबन दो हजार सत सौ पंताली नये मामले दर्ज किये गए जल्ले कि इने चो हजार दो सौ कोविड मरीज ठीक हो ਜਿੰਦੇ 24 ਕੈਂਟ ਵਿੱਚ ਕੋਵਿਡ ਕਾਰਨ 6 ਮਰੀਜ਼ਾਂ ਦੀ ਮੌਤ ਹੋਈ ਹੈ ਜਿਹਦੇ ਕੰਨੇ ਉਹਨੇ ਤੋੜੀ 524636 ਕੋਵਿਡ ਮਰੀਜ਼ੇ ਦੀ ਮੌਤ ਹੋਈ ਚੁਕੀ ਹੈ ਮਿਲਖਾ ਚ ਕੋਵਿਡ ਉਨੀ ਮਰੀਜ਼ਾਂ ਦੀ ਠੀਕੋ ਨੇ ਦੀ ਸ਼ਰਤ 96.74% ਦੀ ਤੋੜੀ ਜਾਇ ਪੂਜੀ ਹੈ ਤੋ ਐ ਕੇਂਦਰ ਸਰਕਾਰ ਨੇ ਉਹਨੇ ਤੋੜੀ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੀ 193 ਕਰੋੜ 53 ਲੱਖ ਦੀ ਕੀ ਆਸਲ ਕਰਵਾਏ ਨਾ ਸੂਚਨਾ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰੋ ਨੇ ਆਂਖਿਆ ਜ ਡਾਇਰੈਕਟ ਟੂ ਮੋਬਾਈਲ ਤੇ 5G ਬ੍ਰੌਡਬੈਂਡ ਕੀ ਆਪੋ ਵਿੱਚ ਮਿਲਾਏ ਜਾਣੇ ਕਰਨੇ ਮਲਖਾਂਦਰ ਬ੍ਰੌਡਬੈਂਡ ਤੇ ਸਪੈਕਟ੍ਰਮ ਦੇ ਇਸਤੇਮਾਲ ਚ ਸੁਧਾਰ ਉਹ 올 ਇੰਡੀਆ ਰੇਡੀਓ ਦਿੱਲੀ ਚ ਆਈਆਈਟੀ ਕਾਨਪੂਰ ਤੇ ਟੀਐਸ ਡੀਐਸਆਈ ਦੀ ਤਰਫਾ ਆਯੋਜਿਤ ਡਾਇਰੈਕਟ ਟੂ ਮੋਬਾਈਲ ਐਂਡ 5G ਬ੍ਰੌਡਬੈਂਡ ਕਨਵਰਜੈਂਸ ਰੋਡਮੈਪ ਫਾਰ ਇੰਡੀਆ ਸਮਾਰੋਹ ਕਿਸ ਸੰਬੋਧਿਤ ਕਰਾ ਕਰਦੇ ਹੈ उन्हें आख्या भारत च मोबाइल डाटा नवंबर दुनिया चला बद नारत के टेलीकॉम ऑपरेटरें की सफलता दस आज भारत दुनिया के मुकाबले सबने को सस्ता डाटा उपलब्ध करवाया जा रहा कर है उन्हें अगे आख्या फाइव जी ब्रॉडबैंड बुनियादी ढांचे के नियम कायदेष बदलाव होगेटर चीपेस्ट डाटा When we look at data in India, we don't even, as a consumer, we don't look at the cost at all because 1 GB or 2 GB data in most of the packs is available per day for free. कश्मीर के कुलगाम जिले आतंकवादियों की तरफा मारी गे अध्यापिका रजनी बाला हाला खी संस्कार अब्बा जिले में उन्द्र जद्दी ग्रां नानके चचक बरेली चकारी सम्मान कर दा गया इस मौके पर उन्द्र परिवार के सदस्य नाते रिश्तेदार भाजपा प्रदेश अध्यक्ष रविंद्र रैना सांसद जुगल किशोर शर्मा जम्मू के डिविजनल कमिश्नर रमेश कुमार पुलिस के अडीशनल डायरेक्टर जनरल मुकेश सिंह डीआईजी जम्मू विवेक गुप्ता साम्बा के डिप्टी कमिश्नर अनुराधा गुप्ता हेत अलावा और दुए अधिकारी लोग मती गिनतरी च उ मौजूद एक महिला अध्यापक जो कि कश्मीर घाटी के कुलगाम में अपनी सेवाएं दे रही थी वहां के बच्चों को पढ़ा रही थी उसका कोई कसूर नहीं था उसको गोलियों का निशाना बनाया गया यह महापाप पाकिस्तान के इन कायर आतंकवादियों ने किया है इस पाप की उनको भारी कीमत पहले भी चुकानी पड़ी है अब भी चुकानी पड़ेगी ਬਿਲਕੁਲਗਾਮ ਦੇ ਗੋਪਾਲਪੁਰਾthਾਰ ਇੱਕ ਸਰਕਾਰੀ ਸਕੂਲੇ ਚ ਮਹਿਲਾ ਅਧਿਆਪਕ ਦੀ ਆਤਵਾਦੀ ਹਸਿਆ ਕੀਤੀ ਗਈ ਦੀ ਹੱਤਿਆ ਦੇ ਖਿਲਾਫ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜੰਮੂ ਮਹਾਨਗਰ ਨੇ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਐਬੀਵੀਪੀ ਜੰਮੂ ਮਹਾਨਗਰ ਦੇ ਸਕੱਤਰ चाहत आनंद और सरकार की घाटी अल्पसंख्यक समुदाय की सशस्त्र बलें आया निशाना बनाई है कि रही हत्याएं खिलाफ उनकी सुरक्षा यकीनी बनाने गई चुकने उन्हें आख्या आतंकवादी एक बारी अल्पसंख्यक अल्पसंख्यकों डर दहशत का माहौल पैदा करिये उन्नीस सौ नब्बे हालात बनाने चाहते हैं वहां पे अपनी ਉਪ ਰਾਜਪਾਲ ਹੁੰਦੇ ਪ੍ਰਿੰਸੀਪਲ ਸੈਕਟਰੀ ਸ੍ਰੀ ਨਿਤੇਸ਼ਵਰ ਕੁਮਾਰੋਰੇ ਜਿਹੜੇ ਸ੍ਰੀ ਅਮਨਾਜੀ ਸਥਾਪਨ ਬੋਰਡ ਦੇ ਸੀਓ ਵੀ ਐਨ ਉਹਨੇ ਕਲ ਟਿਕਰੀ ਥਮਾ ਲਈ ਉਦਮਪੁਰ ਤੋਂੜੀ ਦੇ ਪਿੰਡ ਦੇ ਚ ਸ੍ਰੀ ਅਮਨਾਤ ਯਾਤਰਾ 2022 ਲਈ ਇਿੱਤਿਹਾਰ ਦੇ ਪ੍ਰਬੰਧੇ ਦਾ ਜਾਇਜ਼ਾ ਲਤਾ। ਉਹਨੇ ਸੁਰੱਖਿਅਤ ਤੇ ਰਮਾਨਦਾਰੀ ਵਾਲੇ ਟੰਗੇ ਕਰਨੇ ਯਾਤਰਾ ਚਲਾਉਣੇ ਲਈ ਆਪੂਜ ਤਾਲਮਿਲ ਬਰਾਈ ਰੱਖਣੇ ਉੱਪਰ ਬਲ ਦਿੱਤਾ। ਉਹਨੇ ਮੁਤਲਕ ਅਧਿਕਾਰੀਆਂ ਕੀ ਦੂਏ ਦਾਵੇਦਾਰਾਂ ਤੇ ਸ਼ੁਦਾਲੂਨ ਦੀਆਂ ਜ਼ਰੂਰਤਾਂ ਦੇ ਮੁਤਾਬਿਕ ਪਹਿਲੇ ਗਏ ਲੋੜਸੇ ਬੰਦੋਬਸਤ ਕਰੀ ਲੈਣੇ ਦੀ ਹਦਾਇਤਾਂ ਵੀ ਦਿੱਤੀਆਂ। ਉਹਨੇ ਗੱਡੀਆਂ ਪਾਰਕ ਲੇ ਥਾਰੇ ਦਾ ਵੀ ਮੁਆਇਨਾ ਕੀਤਾ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਪ੍ਰਾਇਮਰੀ ਥਮਾਂ ਪਹਿਲੇ ਦੀ ਜਮਾਤਾਂ ਆਸਤੇ ਘਟੋ ਘਟ ਢਾਈ ਯਾਰ ਕਿੰਡਰਗਾਰਟਨਸ ਬਣਾਏ ਗਏ ਜਿਸ ਲਈ ਕੇਪੈਕਸ ਬਜਟ 2022-23 ਤੱਕ 2000 ਹੋਰ ਇਹ ਜਨੇ ਕਿੰਡਰਗਾਰਟਨਸ ਬਣਾਏ ਜਾਂਗਣ ਇਸ ਚਾਲੀ 9000 ਗਵਰਨਮੈਂਟ ਪ੍ਰਾਇਮਰੀ ਸਕੂਲਾਂ ਚ ਘਟੋ ਘਟ 80000 ਵਿਦਿਆਰਥੀਏ ਦਾਖਲਾ ਲੱਤਾ ਹੈ ਇਦੇ ਅਲਾਵਾ ਸਕੂਲੀ ਸਿੱਖਿਆ ਵਿਭਾਗਾ ਦਿਆ ਨਵੀਂ ਸਿੱਖਿਆ ਨੀਤੀ 2020 ਤੇ NCERT ਦੇ ਬਰਾਬਰ ਪਾਠਕ੍ਰਮ ਦੀ ਪਰਤੀਏ ਨਜ਼ਰਸਾਨੀ ਕੀਤੀ ਗਈ ਹੈ ਤਾਂ ਇਨਾਟ ਕਸਤੁਰਬਾ ਗਾਂਧੀ বালিকা ਵਿਦਿਆਲਿਆਂ ਦੀਆਂ ਤੇ ਤਰੇ ਕੁੜੀਆਂ ਦੇ ਹੋਸਟਲ ਦੀਆਂ ਇਮਾਰਤਾਂ ਬਣੀਆਂ ਤਿਆਰ ਹੋਈ ਗਈਆਂ ਤੇ ਕਿਰਾਏ ਦੀਆਂ ਮਾਰਟਾਂ ਦੀ ਖਾਲੀ ਕੀਤਾ ਜਾ ਕਰਦਾ ਤੇ ਕੰਮ ਕਾਜ ਨਮੀਆਂ ਇਮਾਰਤਾਂ ਚ ਸ਼ੁਰੂ ਕੀਤਾ ਜਾ ਕਰਦਾ ਪ੍ਰਾਕ੍ਰਿਤਿਕ ਪ੍ਰਟਨ ਤੇ ਫੁੱਲਾਂ ਦੀ ਚਾਹਨਾ ਕਰਨ ਵਾਲੇ ਕੀ ਆਕਰਸ਼ਿਤ ਕਰਨ ਵਾਸਤੇ ਪਦਰਵਾ ਦੀ ਹੰਗਾ ਫਲਾਵਰ ਵੈਲੀ ਚ ਜੰਮੂ ਕਸ਼ਮੀਰ ਟੂਰਿਜ਼ਮ ਮਹਿਕਮੇ ਨੇ ਪਦਰਵਾ ਵਿਕਾਸ ਅਥਾਰਟੀ ਤੇ ਭਾਰਤੀ ਸੈਨਾ ਦੇ ਸਹਿਯੋਗ ਕਰਨੇ ਏਸ਼ੀਆ ਚ ਆਪਣੀ ਕਿਸਮਤ ਦੇ ਪਹਿਲੇ ਫੌਕਸ ਗਲੋਬ ਸਮਾਰੋਹ ਦਾ ਆਯੋਜਨ ਕੀਤਾ ਇਹਦਾ ਉਦਘਾਟਨ ਡੋਡਾ ਜ਼ਿਲ੍ਹਾ ਵਿਕਾਸ ਕੌਂਸਲ ਦੇ ਚੇਅਰਪਰਸਨ ਧਰਨਤਰ ਸਿੰਘ ਕੋਤਪਾਲੋ ਨੇ ਕੀਤਾ ਇਸ ਮੌਕੇ ਉੱਪਰ ਵਾਈਸ ਚੇਅਰਪਰਸਨ ਸੰਗੀਤਾ ਭਗਤ ਤੇ ਚਾਰ ਰਾਸ਼ਟਰੀ ਰਾਈਫਲਸ ਦੇ ਕਮਾਂਡਿੰਗ ਅਧਿਕਾਰੀ ਰਣਜੀਤ ਪਰਮਾਰ ਔਰ ਉਥੇ ਖਾਸ ਤੌਰ ਉੱਪਰ ਮੌਜੂਦ ਹੈ कोविड महामारी कारण पिछले दर्ं बरे दौरान सैलानी की आमद चाय की कमी कारण जम्मू कश्मीर की अर्थव्यवस्था पर बड़ा असर पे इस कमी की दूर करने ले सेना की तरफा भद्रवाह च सैलसफा उद्योग की बहाल करने नेकं गई पुष्टिया गई इस मौके पर बोलते हुए जिला विकास काउंसिल के चेयरपर्सन श्री कोतवाल हो समारोह जम्मू कश्मीर टूरिज्म का सालाना समारोह बनी जाग जम्मू मुंसिपल दे मेयर चंद्रमोहन गुप्ता और बहु किले का दौरा लाइय उ जम्मू स्मार्ट सिटी प्रोजेक्ट तहत चलाए जा विकास कमें जायजा लिया इस मौके पर डिप्टी मेयर पूर्णिमा शर्मा चेयरमैन ते कॉर्पोरेशन दे कमिश्नर राहुल यादव भी हे दूरदर्शन समाचार करने गल कर दे मेयर और दस जो बाकी विकास प्रोजेक्ट वाला लेखा जम्मू म्यूनसिपल कॉर्पोरेशन जारी है जिसमें सिटी तहत चलाते विकास प्रोजेक्ट समय से पूरे कर लेते जान इस मौके पर कमिश्नर राहुल यादव और इंजीनियर ते मजदूर कारकुन ने भी सराहना करते हुए जे आज सब रलिए जम्मू की स्मार्ट सिटी बनाने लिए वचनबद्ध है बाहू फोर्ट और इसके सराउंडिंग एरिया के डेवलपमेंट के लिए जो भी हमारे प्रोजेक्ट चल रहे हैं उनको भी स्पीड अप करने के लिए उसके साथ साथ किस तरीके से हम और भी ज़्यादा डेवलपमेंट कर सकते हैं क्योंकि हमारा ये एक पवित्र स्थान है प्राचीन स्थान है जिसको इसको हम टूरिज्म मैप पर और भी ज़्यादा ला सकते ਇਸ ਮਹੀਨੇ ਦੀ 21 ਤਰੀਕ ਹੀ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੀ 8ਵੀਂ ਕੜੀ ਮਨਾਉਣ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਵੀ ਤਿਆਰੀਆਂ ਪੂਰੇ ਜ਼ੋਰਿਆਂ ਪਰ ਨੇ ਇਸ ਸਿਲਸਿਲੇ ਚ ਜੰਮੂ ਜ਼ਿਲ੍ਹੇ ਚ ਨੇਕਾ ਥਾਰਿਆਂ ਪਰ ਯੋਗ ਕੈਂਪ ਲਵਾਏ ਜਾਣਗੇ ਤਾंजे ਲੋਕਾਂ ਨੂੰ ਯੋਗ ਕਰਨੇ ਉਹਨਿਆਲੇ ਫਾਇਦੇ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਈ ਸਕੇ ਇਸੇ ਚਾਲੀ ਦੇ 21 ਦਿਹਾੜੇ ਚੱਲਣ ਵਾਲਾ ਇੱਕ ਯੋਗ ਕੈਂਪ ਅਜ ਜੰਮੂ ਦੇ ਗਵਰਨਮੈਂਟ ਕਾਲਜ ਫਾਰ ਐਜੂਕੇਸ਼ਨ ਚ ਸ਼ੁਰੂ ਹੋਇਆ ਇਸ ਉਦਗਾਟਨੀ ਸਮਾਰੋਹ ਚ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਬੜੀ ਮਤੀ ਗਿੰਤਰੀ ਚ ਸ਼ਾਮਲ ਹੋਏ ਕਾਲਜ ਦੇ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਕੋਰ ਹੋਰੇ ਇਸ ਮੌਕੇ ਪਰ ਯੋਗ ਦੇ ਮਹੱਤਵ ਪਰ ਲੋਪਾਈ ਮੈ ਉਮੀਦ ਹੈ ਕਿ 21 ਡੇਸ ਹਮਾਰੇ ਟੀਚਿੰਗ ਨਾਨ ਟੀਚਿੰਗ ਸਟੂਡੈਂਟਸ ਸਾਰੇ ਜੁਆਇਨ ਕਰਨਗੇ प्रधानमंत्री स्पेशल वजीफा स्कीम की जम्मू कश्मीर भी लागू किए जाने का रामबन जिले के विद्यार्थियों स्वागत किता दूरदर्शन समाचार गनिहाल के दे, दे विद्यार्थियों आख्या के इस फैसले को ला पता लग खास तौर पर विद्यार्थियों की भलाई किना काम करा कर इस वजीफे कूर दरे इलाकों रौने वाले विद्यार्थियों हासिल होगा ਜੋਗ ਸਾਲ ਦਾ ਐਕਸਟੈਂਸ਼ਨ ਦਿਆ ਹੈ ਸਕਾਲਰਸ਼ਿਪ ਕੇ ਲਿਏ ਤੋਂ ਮੈਂ ਉਸੇ ਬਹੁਤ ਖੁਸ਼ ਹੂੰ ਇਸੇ ਹਮਾਰੇ ਸਟੂਡੈਂਟ ਪੁੰਛ ਚ ਸਰਦੀ ਗਰਾ ਮੰਗਨਾਰ ਤੇ ਜਲਾਸ ਸਕੂਲ ਦੇ ਐਨ ਸੀ ਸੀ ਕੈਡਟੇਨ ਦੀ ਤਰਫਾ ਪੁਨੀਤ ਸਾਗਰ ਅਭਿਆਨ ਤਹਿਤ ਸਲੋਤਰੀ ਗਰਾਜ ਸਫਾਈ ਅਭਿਆਨ ਚਲਾਇਆ ਗਿਆ ਇਸ ਦੌਰਾਨ ਲੋਕਾਂ ਕੀ ਸਵੱਛਤਾ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ ਐਨ ਸੀ ਸੀ ਦੀ ਪੰਜ ਬਟਾਲੀਅਨ ਦੇ ਅਧਿਕਾਰੀ ਕਰਨਲ ਸ਼ਿਕਾਂਤ ਰਾਏ ਤੇ ਆਰਸਕੈਂਡੀ ਸਕੂਲ ਜਲਾਸ ਦੇ ਪ੍ਰਿੰਸੀਪਲ ਰਾਈਜ਼ ਮੀਰੋਰੇ ਇਸ ਅਭਿਆਨ ਦੀ ਸ਼ੁਰੂਆਤ ਕੀਤੀ व्हाइट नाइट कोर ने आज अपना रजत जयंती स्थापना दिवस मनाया नगरोटा के मिलिट्री च अश्वमेघ शौर्य स्थल पर जीओसी मेजर जनरल जे एस बिंदरा होर शहीदें चक्र पेंट करिए श्रद्धांजलि अर्पित की मौके पर मेजर जनरल बिंद्रा और कोर के सैंक के जौवा संबोधित किया उन्हें अपने भाषण कोर के सरोखड़ इतिहास की चेता कि कोर की हर हालात च झंडा उच्चा रखने की प्रेरित किया को बहादुर जुआन शहीदें भी चेता कित जिन्हें फर्ज नभाते हुए अपन जींदा कुर्बान दतियां वाइट नाइट कोर की स्थापना एक जून उन्नीस सौ बहत्तर उत्तरी कमान के एक हिस्से के तौर पर की परम विशिष्ट मैडल प्राप्त डॉक्टर जनरल जे एफ आर जैकब और पहले कोर कमांडर हे ਡੋਡਾ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਵਿਕਾਸ ਸ਼ਰਮਾ ਨੇ ਅੱਜ ਡੋਡਾ ਦੇ ਖੇਡ ਸਟੇਡੀਅਮ 'ਚ ਇੰਟਰ ਜ਼ੋਨਲ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਸ਼ੁਰੂ ਕਰਾਈ ਇਸ ਲੈਣੇ ਆਲੇਂਗੀ ਸੰਬੋਧਿਤ ਕਰਦੇ ਕਮਿਸ਼ਨਰ ਹੋਰੇ ਸਾਰਿਆਂ ਦੀ ਖਾਸ ਕਰਕੇ ਬਾਅਰ ਖੇਡੀ ਜਾਣੇ ਵਾਲੀ ਖੇਡ ਦੇ ਇਸ ਲੈਣੇ ਲੈਣ ਦੀ ਸਰਾਨਾ ਕੀਤੀ ਉਹਨੇ ਸਵਸਥ ਸ਼ਰੀਰ ਆਸਤੇ ਬਾਅਰ ਖੇਡੀ ਜਾਣੇ ਵਾਲੀ ਖੇਡਣੇ ਦੀ ਪੈਲ ਦੇ ਨੇ ਦੀ ਸਲਾਹ ਦਿੱਤੀ ਉਹਨੇ ਆਖਿਆ ਜੇ ਤੋਲੇ ਗਏ ਜ਼ਿਲ੍ਹੇ ਦੇ ਨੌਜਵਾਨੇ ਕੀ ਬਹੁ ਉਦੇਸ਼ ਇੰਡੋਰ ਆਲ ਸਮਰਪਿਤ ਕਰ ਦਿੱਤਾ ਜਾਗ ਦੇਖੇ ਲੇਕਿਨ ਉਨਕੋ ਕੰਮ ਕਰਦੇ ਖਬਰਾਂ ਦੇ ਇਸ ਬੁਲੇਟਿਨ 'ਚ ਬਸ ਇਨਾ ਗੇ ਇਜਾਜ਼ਤ ਦਿਓ ਨਮਸਕਾਰ